ਇਸ ਲਈ ਅਮ ਖਬਰ ਪੈਰਿਸ 올림픽 2024 ਦੇ ਵਿੱਚ ਭਾਰਤ ਦਾ ਪਹਿਲਾ ਮੈਡਲ ਆ ਗਿਆ ਹੈ ਦੇਸ਼ ਲਈ ਖੁਸ਼ਖਬਰੀ ਹੈ ਕਿ ਭਾਰਤ ਦਾ ਇਹ ਪਹਿਲਾ ਮੈਡਲ ਭਾਰਤ ਦੀ ਟੀਮ ਇਹ ਭਾਰਤ ਦੀ ਚੋਲੀ ਦੇ ਵਿੱਚ ਪੈ ਦੱਸਦੇ ਕਿ ਪਹਿਲੇ 올림픽 2024 ਦੇ ਵਿੱਚ ਭਾਰਤੀ ਸ਼ੂਟਰ ਮਨੂ ਪਾਕਰ ਦੇ ਵੱਲੋਂ ਇਤਿਹਾਸ ਰਚਿਆ ਗਿਆ ਹੈ ਉਹਦੇ ਵੱਲੋਂ ਵਿਮੈਨਸ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ব্রੌਂਜ਼ ਮੈਡਲ ਜਿੱਤਿਆ ਗਿਆ ਮਨੂ 올림픽 ਦੇ ਇਤਿਹਾਸ ਦੇ ਵਿੱਚ ਸ਼ੂਟਿੰਗ 'ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ ਨੇ ਮਨੂ ਸਿਲਵਰ ਮੈਡਲ ਜਿੱਤਣ ਤੋਂ ਸਿਰਫ 0.1 ਪੁਆਇੰਟ ਹੀ ਛੁੱਟ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ব্রੌਂਜ਼ ਮੈਡਲ ਮਿਲਿਆ ਪਰ ਭਾਰਤੀਆਂ ਦੇ ਲਈ वाली पेरिस ओलंपिक भारत का खाता खुल चुके हैं इस ईवेंट कोरिया हो ये दिन ने गोल्ड जितया है उन्होंने दो सौ तरताली पॉइंट दो स्कोर बना के ओलंपिक रिकॉर्ड बनाया इस तु अलावा कोरिया ही ਕਿਮ ਯਦਿਨੇ ਸਿਲਵਰ ਮੈਡਲ ਜਿੱਤੇ ਹੈ ਤੇ ਮਨੂ ਪਾਕਰ ਦੇ ਵੱਲੋਂ ਭਾਰਤ ਦੇ ਲਈ ਬ੍ਰੌਂਜ਼ ਮੈਡਲ ਹਾਸਲ ਕੀਤਾ ਗਿਆ ਦੱਸੇ ਕਿ 2021 ਦੇ ਵਿੱਚ ਟੋਕੀਓ 올림픽 ਦੇ ਵਿੱਚ ਮਨੋਦੀਪ ਪਿਸਟਲ ਖਰਾਬ ਹੋ ਗਈ ਸੀ 20 ਮਿੰਟ ਤੱਕ ਉਹ ਨਿਸ਼ਾਨਾ ਨਹੀਂ ਲਗਾ ਭਾਈ ਸੀ ਤਾਂ ਪਿਸਟਲ ਠੀਕ ਹੁੰਦੀ ਉਹਨਾਂ ਦੇ ਵੱਲੋਂ 14 ਸ਼ਾਟ ਲਗਾਏ ਗਏ ਸਤਾ ਹੁਣ ਇਸ ਵਾਰ ਭਾਰਤ ਦੀ ਇਸ ਧੀ ਨੇ ਸਾਰੇ ਭਾਰਤੀਆਂ ਦਾ ਮਾਣ ਵਧਾਇਆ 2024 ਪੈਰਿਸ 올림픽 ਦੇ ਵਿੱਚ ਭਾਰਤ ਦੇ ਲਈ ਪਹਿਲਾ ਮੈਡਲ ਜਿੱਤੇ ਹੈ